ਇਹ ਸਿਰਫ ਪੀਰਾਂ ਫਕੀਰਾਂ ਭਗਤਾਂ ਗੁਰਮੁਖਾਂ ਸੰਤਾਂ ਮਹਾਤਮਾ ਵਿੱਚ ਇਹ ਚੀਜ਼ਾਂ ਹੁੰਦੀਆਂ, ਆਮ ਬੰਦੇ ਦੀਆਂ ਉਹ ਗੱਲਾਂ ਉੱਥੇ ਤੱਕ ਨਹੀਂ ਹੁੰਦੀਆਂ। ਇਹ ਗੱਲਾਂ ਬਹੁਤ ਉੱਚੀਆਂ ਨੇ, ਜਿੱਥੇ ਜਾ ਕੇ ਉਹਨਾਂ ਦੀ ਸੋਭਤ 'ਚ ਬਹਿ ਕੇ ਮਾੜੀ ਮਾੜੀ ਸਿੱਖਿਆ ਲਈਦੀ ਆ, ਪਰ ਉੱਥੇ ਤੱਕ ਸਾਧ ਸੰਗਤ ਜਾਣਾ ਬਹੁਤ ਔਖਾ। ਜਿਵੇਂ ਭਗਤ ਫਰੀਦ ਜੀ, ਸੋ ਮੀਂਹ ਪੈ ਗਿਆ, ਗੁਰੂ ਨੂੰ ਪਾਣੀ ਗਰਮ ਕਰਕੇ ਦੇਣਾ ਸੀ, ਗੁਰੂ ਵਾਸਤੇ ਅੱਗ ਲਿਆਉਣੀ ਸੀ, ਕਿਤੇ ਪਿੰਡ 'ਚ ਅੱਗ ਨਾ ਤੜਕੇ, 2 ਵਜੇ ਕਿੱਥੇ ਅੱਗ ਮਿਲੇ। ਵੇਸਵਾ ਦੇ ਦਰਵਾਜ਼ੇ 'ਤੇ ਦੀਵਾ ਜਗਦਾ ਸੀ, ਜਾ ਕੇ ਕਹਿੰਦੇ ਵੀ ਮੈਨੂੰ ਥੋੜ੍ਹੀ ਅੱਗ ਚਾਹੀਦੀ ਆ, ਮੈਂ ਜੇ ਅੱਗ ਨਾ ਸੇਵਾ 'ਚ ਅੱਜ ਖਾਮੀ ਰਹਿ ਗਈ ਤਾਂ ਮੇਰਾ ਗੁਰੂ ਫਿਰ ਮੈਨੂੰ ਬਖਸ਼ਿਸ਼ ਨਹੀਂ ਕਰੇਗਾ। ਵੇਸਵਾ ਚਲਾਕ ਐਵੇਂ ਕਹਿੰਦੀ, ਅੱਗ ਤਾਂ ਦੇ ਦੂੰ, ਇੱਕ ਅੱਖ ਕੱਢ ਕੇ ਦੇ ਆਪਣੀ। ਕਹਿੰਦੇ ਇਹ ਤਾਂ ਸੌਖਾ ਹੀ ਕੰਮ ਆ, ਲਿਆ ਛੁਰੀ, ਛੁਰੀ ਲੈ ਕੇ ਆਪਦੀ ਖੱਬੀ ਅੱਖ ਕੱਢ ਕੇ ਉਹਦੇ ਹੱਥ 'ਤੇ ਰੱਖ ਤੀ। ਇਹਨੂੰ ਕਹਿੰਦੇ ਫਕੀਰੀ, ਭਗਤੀ, ਸੇਵਾ। ਉਹ ਹੈਰਾਨ ਰਹਿ ਗਈ, ਉੱਤੇ ਪੱਟੀ ਬੰਨ ਲਈ। ਜਦੋਂ ਲਿਆ ਕੇ ਗੁਰੂ ਨੂੰ ਪਾਣੀ ਪੁਣੀ ਗਰਮ ਕਰਕੇ ਨਵਾ ਤਾ, ਦੇ ਕੇ ਕਹਿੰਦਾ ਫਰੀਦ ਅੱਖ ਨੂੰ ਖੋਇਆ, ਕਹਿੰਦਾ ਜੀ ਆਈ ਹੋਈ ਆ, ਮਤਲਬ ਦੁਖਦੀ ਆ। ਕਹਿੰਦੇ ਲਾਹ ਦੇ ਪੱਟੀ, ਆ ਗਈ। ਕਹਿੰਦਾ ਜੀ ਆਈ ਹੋਈ, ਕਹਿੰਦਾ ਲਾਹ ਦੇ। ਜਾਂ ਪੱਟੀ ਲਾਹੀ ਤਾਂ ਅੱਖ ਹੋਰ ਆ ਗਈ। ਫਰੀਦ ਜੀ ਦੀ ਇੱਕ ਅੱਖ ਛੋਟੀ ਆ, ਇੱਕ ਵੱਡੀ ਆ। ਜਿਹੜੀ ਨਿਕਲੀ ਸੀ ਇਹ ਦੁਬਾਰਾ ਜਦੋਂ ਦਿੱਤੀ ਆ, ਉਹ ਛੋਟੀ ਸੀ। ਇਸ ਕਰਕੇ ਆ ਇਹ ਜਿਹੜੀਆਂ ਫਕੀਰੀਆਂ ਫਰੀਦੀਆਂ ਕਰਨੀਆਂ ਬਹੁਤ ਔਖੀਆਂ। ਸਾਧ ਸੰਗਤ ਆਪਣੀਆਂ ਤਾਂ ਸੰਸਾਰੀ ਗੱਲਾਂ ਇੱਧਰਲੀਆਂ ਉੱਧਰਲੀਆਂ, ਲੋਕਾਂ 'ਤੇ ਹਾਸਾ ਹੀ ਆਉਂਦਾ, ਫਾਲਤੂ ਦੀਆਂ ਗੱਲਾਂ ਬਹੁਤ ਕਰਦੇ ਆ। ਇਹਨਾਂ ਵਿਚਾਰਿਆਂ ਨੂੰ ਕੀ ਪਤਾ, ਫਕੀਰਾ ਫਕੀਰੀ ਦੂਰ ਹੈ, ਜਿੱਡੀ ਉੱਚੀ ਲੰਬੀ ਖਜੂਰ ਹੈ। ਕਹਿੰਦੇ ਬਹੁਤ ਦੂਰ ਦੀਆਂ ਗੱਲਾਂ ਹਨ।